ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਪਨਿਆਂ ਦੇ ਘਰ ਚ ਖੜੇ ਆ, ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਪਤਾ ਹੀ ਹੈ ਗੇਟ ਦੇ ਬਾਹਰਲੇ ਪਾਸੇ ਇਹ ਵੀਰ ਦਾ ਜਿਹੜਾ ਚਿਹਰਾ ਤੁਸੀਂ ਆਪਣੇ ਸਕਰੀਨ ਤੇ ਦੇਖ ਕੇ ਹਟੇ ਹੋ, ਇਹ ਵੀਰ ਦੇ ਹਾਲਾਤ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਰਹੇ ਹੋਵੋਗੇ ਵੀ ਕਿਹੜੇ ਹਾਲਾਤਾਂ 'ਚ ਅਤੇ ਇਹਦੀ ਪ੍ਰੋਬਲਮ ਕੀ ਚੱਲਦੀ ਆ ਨਾ। ਇਹ ਵੀਰ ਸਾਨੂੰ ਪਟਿਆਲੇ ਜ਼ਿਲ੍ਹੇ ਦੇ ਪਿੰਡ ਫਰੀਦਪੁਰ ਤੋਂ ਮਿਲਿਆ। ਫਰੀਦਪੁਰ ਪਿੰਡ ਦੇ ਵਿੱਚ ਇਹ ਵੀਰ ਲਵਾਰਸਾਂ ਵਾਂਗ ਘੁੰਮ ਰਿਹਾ ਸੀਗਾ, ਹਾਲਤ ਬਹੁਤ ਮਾੜੀ ਸੀ। ਇਹ ਬਾਈ ਨੇ, ਭਾਈ ਜੀ ਕੀ ਨਾਂ ਤੁਹਾਡਾ? ਮਨਿੰਦਰ ਸਿੰਘ ਜੀ। ਤੁਹਾਡਾ ਵੀਰੇ? ਦੀਪਨ ਜੀ। ਦੀਪਨ ਜਸਪਾਲ ਸਿੰਘ। ਇਹ ਤਿੰਨੋਂ ਵੀਰ ਆ ਜਿਹੜੇ ਇਹ ਵੀਰ ਜੀ ਨੂੰ ਲੈ ਕੇ ਆਏ ਨੇ, ਤੁਸੀਂ ਸਰਪੰਚ ਹੋ ਪਿੰਡ ਦੇ? ਹਾਂ, ਨੰਬਰਦਾਰ ਵੀ ਨੇ, ਸਰਪੰਚ ਵੀ, ਨੰਬਰ ਵੀ ਸਰਦਾਰ ਵੀ ਨੇ, ਸਰਪੰਚ ਵੀ ਨੇ। ਸਭ ਤੋਂ ਵੱਡੀ ਗੱਲ ਤਾਂ ਚੰਗੀ ਗੱਲ ਇਹ ਆ ਵੀ ਬਹੁਤ ਵਾਰ ਬੰਦੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ, ਇਹ ਚੰਗੀ ਗੱਲ ਆ, ਪਿੰਡੋ ਪਿੰਡੀ ਲੋਕਾਂ ਨੂੰ ਚਾਹੀਦੀ ਹੈ। ਪਿੰਡ ਇੱਕ ਗੁੱਗਾ ਮਾੜੀ ਦੇ ਮੰਦਿਰ ਬਣਿਆ ਹੋਇਆ, ਉਹਦੇ ਨਾਲ ਹੀ ਉੱਥੇ ਕਮਰਾ ਬਣਿਆ ਹੋਇਆ, ਇੱਕ ਮੰਜਾ ਪਿਆ ਸੀ, ਉਹ ਰਜਾਈ ਬਿਸਤਰਾ ਹੈਗਾ ਸੀ, ਇਹਨੂੰ ਅਸੀਂ ਝਾੜ ਝੂੜ ਕੇ ਲਿਜਾ ਕੇ ਫਿਰ ਇਹਨਾਂ ਦੇ ਬੇਟਿਆਂ ਨੇ ਉੱਥੇ ਬਿਠਾਇਆ, ਇਹਨੂੰ ਪਾਣੀ ਪੁਣੀ ਮੰਗਿਆ ਰਹੇ, ਪਾਣੀ ਪਿਲਾਇਆ, ਰੋਟੀ ਖਵਾਈ ਅਤੇ ਰਾਤ ਨੂੰ ਉੱਥੇ ਸੁੱਤਾ ਰਿਹਾ। ਅਤੇ ਦੂਜੇ ਦਿਨ ਫਿਰ ਸਵੇਰੇ ਠਾਲਿਆ, ਚਾਹ ਮੰਗੀ, ਇਹਨੇ ਚਾਹ ਮਿਲੀ, ਰੋਟੀ, ਹਰ ਇੱਕ ਦੋ ਪਰਿਵਾਰ ਹੋਰ ਨੇੜੇ ਸੀ। ਮਨਿੰਦਰ ਸਿੰਘ ਨੇ ਤਾਂ ਬਹੁਤ ਵਿਚਾਰੇ ਦੀ ਚਾਰ ਦਿਨ ਸੇਵਾ ਕਰੀ, ਇਹਦਾ ਘਰ ਨੇੜੇ ਸੀ, ਸੇਵਾ ਕਰੀ। ਤੁਸੀਂ ਫੋਨ ਸਾਨੂੰ ਤੁਸੀਂ ਕਰਦੇ ਸੀ? ਹਾਂਜੀ ਹਾਂਜੀ। ਅਤੇ ਫਿਰ ਤੁਹਾਡੇ ਨਾਲ ਵੀ ਸੰਪਰਕ ਹੋਇਆ ਇਹਨਾਂ ਦਾ? ਹਾਂ, ਇਹਨਾਂ ਨੇ ਐਜ ਏ ਮੈਂ ਨੰਬਰਦਾਰ ਹੋਣ ਕਰਕੇ, ਐਜ ਏ ਸਰਪੰਚ ਹੋਣ ਕਰਕੇ ਇਹਨਾਂ ਨੇ ਇਤਲਾਹ ਮੈਨੂੰ ਦਿੱਤੀ, ਮੈਂ ਵੀ ਇਹਦੀ ਕੰਡੀਸ਼ਨ ਦੇਖੀ ਜਾ ਕੇ। ਚਲੋ ਅਸੀਂ ਲਵੇ ਨੇੜੇ ਕੁਛ ਸੋਚਦੇ ਰਹੇ ਵੀ ਕੀ ਇਹਦਾ ਹੱਲ ਲੱਭੇ, ਇਹਦਾ ਨੰਬਰ ਲੈਂਦੇ ਰਹੇ, ਕਦੇ ਕੁਛ ਕਦੇ ਕੁਛ, ਪਰ ਸਾਨੂੰ ਕਲੀਅਰ ਇਹਦਾ ਨਾ ਤਾਂ ਕੋਈ ਇਹਦੇ ਕੋਲ ਆਪਣਾ ਪਰੂਫ ਮਿਲਿਆ, ਅਤੇ ਜੇ ਤਾਂ ਪਰੂਫ ਮਿਲ ਜਾਂਦਾ ਕੋਈ, ਅਸੀਂ ਫਿਰ ਇਹਦਾ ਉਪਰਾਲਾ ਕਰਦੇ ਕੋਈ ਪਿੰਡ ਛੱਡਣ ਦਾ। ਕਿਉਂਕਿ ਗੱਲ ਇਹ ਆ ਵੀ ਤੁਸੀਂ ਸੁਣ ਹੀ ਲਿਆ ਜੀ, ਸਰਪੰਚ ਸਾਹਿਬ ਦੇ ਮੂੰਹੋਂ ਵੀ ਹੈ, ਮਨਿੰਦਰ ਵੀਰ ਹੋਣਾ ਨੇ ਜਿਨ੍ਹਾਂ ਨੇ ਪਹਿਲ ਧਾਰਤੇ ਇਸ ਵੀਰ ਦਾ ਦੀ ਸੁੱਧ ਲਈ, ਇਹਦੀ ਚਾਰ ਪੰਜ ਦਿਨ ਆਪਣੇ ਕੋਲ ਘਰ 'ਚ ਰੱਖ ਕੇ ਇਹਦੀ ਸੇਵਾ ਵੀ ਕੀਤੀ। ਜਿਹੜਾ ਕੱਪੜਾ ਅਸੀਂ ਬਦਲਣ ਨੂੰ ਰੋਕਤਾ ਸੀ ਵੀ ਬਦਲਿਓ ਨਾ ਹਜੇ ਬਾਈ, ਉੱਦਾਂ ਹੀ ਰੱਖਿਓ, ਕਿਉਂਕਿ ਹੋ ਸਕਦਾ ਕਈ ਵਾਰੀ ਕੋਈ ਪਹਿਚਾਣ ਹੁੰਦੀ ਹੈ ਕਿਸੇ ਨੂੰ ਘਰਦਿਆਂ ਨੂੰ ਜਾਂ ਕਿੱਦਾਂ, ਅਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ। ਇਹ ਵੀਰ ਦਾ ਆਪਾਂ ਘਰ ਲੱਭਣਾ ਵਾ, ਵੀਰ ਮੈਂਟਲੀ ਅਪਸੈਟ ਆ, ਪੜ੍ਹਿਆ ਲਿਖਿਆ ਵਾ, ਅੰਗਰੇਜ਼ੀ ਦੇ ਵਿੱਚ ਗੱਲ ਕਰਦਾ, ਸਾਰੀ ਗੱਲ ਸਮਝਦਾ। ਵੀਰੇ ਗੱਲ ਸੁਣਿਆ ਤੂੰ ਸਿੱਧਾ ਹੋ ਕੇ, ਕੀ ਨਾਂ ਤੇਰਾ? ਹਰਸਿਮਰਨ। ਹਰਸਿਮਰਨ ਸਿੰਘ, ਹਰਸਿਮਰਨ ਤੇਰਾ ਪਿੰਡ ਕਿਹੜਾ? ਬਾਹਮਣ ਮਾਜਰਾ। ਮੰਮੀ ਡੈਡੀ ਕਿੱਥੇ ਤੇਰੇ? ਮੰਮੀ ਡੈਡੀ ਉਧਰ। ਕਿੱਧਰ? ਹੈਂ? ਤਾਨੂੰ ਚੱਕ, ਤਾਨੂੰ ਮੂੰਹ, ਤਾਨੂੰ ਚੱਕ, ਮੇਰੇ ਵੱਲ ਚੱਕ। ਕਿੱਥੇ ਮੰਮੀ ਡੈਡੀ? ਇੱਧਰ ਦੇਖ, ਇੱਧਰ। ਮੰਮੀ ਡੈਡੀ ਕਿੱਥੇ? ਮੰਮੀ ਇੱਧਰ ਦੇਖ ਵੀਰੇ, ਮੰਮੀ ਕਿੱਥੇ? ਅੱਛਾ, ਕੀ ਨਾਂ ਮੰਮੀ ਦਾ? ਮਨਜੀਤ ਕੌਰ। ਡੈਡੀ ਦਾ ਕੀ ਨਾਂ? ਕੀ ਨਾਂ ਡੈਡੀ ਦਾ? ਹੈਂ? ਇੱਧਰ ਦੇਖ ਮੇਰੇ ਵੱਲ, ਇੱਧਰ। ਕੀ ਨਾਂ ਡੈਡੀ ਦਾ? ਕੀ ਨਾਂ? ਪ੍ਰਗਟ ਸਿੰਘ। ਤੂੰ ਕਿੰਨਾ ਪੜ੍ਹਿਆ? ਮਹਾਦੀ। ਜ਼ਿਲ੍ਹਾ ਕਿਹੜਾ ਤੇਰਾ? ਫਤਿਹਗੜ੍ਹ। ਇੱਧਰ ਦੇਖ, ਇੱਧਰ ਦੇਖ ਮੇਰੇ ਵੱਲ। ਕਾਲਜ ਕਿਹੜੇ 'ਚ ਪੜ੍ਹਿਆ ਤੂੰ? ਤੁਹਾਨੂੰ ਮਾਤਾ ਗੁਜਰੀ ਕਾਲਜ 'ਚ ਪੜ੍ਹਿਆ? ਠੀਕ ਆ, ਤੂੰ ਪੜ੍ਹਿਆ ਲਿਖਿਆ ਤਾਂ ਲੱਗਦਾ ਨਹੀਂ ਯਾਰ, ਜੇ ਤੂੰ ਪੜ੍ਹਿਆ ਮੈਂ ਇੱਥੇ ਲਿਖ ਕੇ ਦਿਖਾ ਕੇ ਆਪਣਾ ਨਾਮ ਪਤਾ। ਤੇਰਾ ਨਾਮ ਕੀ ਆ? ਵਾਟ ਯੂਅਰ ਨੇਮ? ਆ ਕੀ ਲਿਖਿਆ ਤੂੰ? ਹੈਂ? ਤੇਰਾ ਨਾਮ ਕੀ ਹੈ ਵੀਰੇ? ਇੱਥੇ ਲਿਖਿਆ ਪ੍ਰੀਤਿੰਦਰ। ਤੇਰਾ ਨਾਮ ਜਿਹੜਾ, ਤੂੰ ਕੀ ਨਾਮ ਤੇਰਾ? ਵਾਟ ਯੂਅਰ ਨੇਮ ਭਾਈ? ਵਾਟ ਇਜ਼ ਯੂਅਰ ਨੇਮ? ਮਾਈ ਨੇਮ ਇਜ਼ ਹਰਸ਼ਨ। ਮਾਈ ਫਾਦਰ। ਹਾਂ, ਲਿਖ ਵੀਰੇ ਤੇ ਗੋਡ ਲਿਖ ਤੇ। ਮਾਈ ਨੇਮ ਇਜ਼ ਹਰਸ਼ਨ ਰਨ। ਮਾਈ ਨਹੀਂ ਨਹੀਂ, ਬਸ ਮੈਂ ਹਰਸਿਮਰਨ ਸਿੰਘ ਲਿਖ, ਸਿੰਘ ਲਿਖ ਵੀਰੇ। ਹਾਂ, ਗੋਤ ਕੀ ਤਰ੍ਹਾਂ? ਡੈਡੀ ਦਾ ਨਾਂ ਕੀ? ਫਾਦਰ ਦਾ ਨਾਮ ਲਿਖ। ਫਾਦਰ ਨੇਮ? ਰਾਏ
ਮਾਚੂ ਵਾਲੇ ਤੇ ਜਿਹੜੀ ਵੱਡੀ ਭੈਣ ਆ ਦਵਿੰਦਰ ਕਿਹੜੇ ਪਿੰਡ ਵਿਆਹੀ ਆ ਕਿੱਥੇ ਵਿਆਹੀ ਆ ਮਾਛੀਗਾੜਾ ਵੀ ਲਿਖਦੇ ਨਾਲ ਮਾਛੀਗਾੜਾ ਲਿਖਦੇ ਮਾਛੀਗਾੜਾ ਸਾਹਿਬ ਦੂਜੀ ਕੁੜੀ ਦਾ ਠੀਕ ਹੈ ਜੀ ਇੱਥੇ ਲਿਖ ਨਾ ਮੋਬਾਈਲ ਨੰਬਰ ਲਿਖ ਆਪਣੇ ਘਰ ਦਾ ਨੰਬਰ ਲਿਖ ਦੇ ਕੀ ਆ ਭਰਾ ਦਾ ਨੰਬਰ ਕੀ ਆ ਬੋਲ ਨੰਬਰ ਨਹੀਂ ਤਾਂ ਘਰ ਦਾ ਨੰਬਰ ਆ ਤੇਰੇ ਮੰਮੀ ਦਾ ਕਿਹੜਾ ਮੋਬਾਈਲ ਆ ਉਹਦੇ 'ਚ ਨੰਬਰ ਕਿਹੜਾ ਚੱਲਦਾ ਮੰਮੀ ਦਾ 98 ਅੱਗੇ ਸਹੀ ਨੰਬਰ ਦੱਸ ਸਹੀ ਦੱਸ ਵੀ ਬਣ ਕੇ ਸਹੀ ਥੋੜਾ ਦਿਮਾਗ ਲਾ ਕੇ ਲਿਖਦੇ ਚੱਲ ਦੋ ਡੈਡੀ ਦਾ ਨਾਮ ਆ ਨਾ ਕਾਲੀ ਨਾ ਕਰ ਇੱਥੇ ਡੈਡੀ ਦਾ ਨਾ ਆਹ ਲਿਖਿਆ ਰਾਜ ਬਹਾਦਰ ਇਹਦੇ ਥੱਲੇ ਲਿਖਦੇ ਡੈਡੀ ਦਾ ਮੋਬਾਈਲ ਨੰਬਰ ਆਪਦੇ ਦਾ ਪੜ੍ਹ ਕੇ ਲਗਾ ਲੱਗੇ ਦਿੰਦੇ ਵਧੀਆ ਸੋਹਣਾ ਪੜ੍ਹਿਆ ਲਿਖਿਆ ਮੁੰਡਾ 19 ਪੜ੍ਹਿਆ ਤੂੰ ਮੈਂ ਤਾਂ ਲਿਖਿਆ ਬਹਾਦਰ ਨੰਬਰ ਲਿਖਦੇ ਮੋਬਾਈਲ ਨੰਬਰ ਲਿਖਦੇ ਮੈਂ ਖਾਜ ਕਰੀ ਜਾਂਦਾ ਤੂੰ ਪੈਨ ਫੜ ਕੇ ਰੱਖ ਖਾਜ ਮੈਂ ਕਰ ਦਿੰਦਾ ਨੰਬਰ ਲਿਖਿਆ ਨਹੀਂ ਵੀਰੇ ਮੋਬਾਈਲ ਨਾ ਮੋਬਾਈਲ ਨੰਬਰ ਲਿਖੇ ਵੀਰੇ ਮੋਬਾਈਲ ਨੰਬਰ ਇੱਥੇ ਲਿਖ ਤੁਸੀਂ ਜਿਵੇਂ ਦੇਖਿਆ ਇਹ ਵੀਰ ਦੇ ਹਾਲਾਤ ਕੁਛ ਆਈਡੀਆ ਵੀ ਲੱਗਿਆ ਹੀ ਹੋਊਗਾ ਵੀ ਇਹ ਠੀਕ ਨਹੀਂ ਹੈਗਾ ਦਿਮਾਗੀ ਤੌਰ ਤੇ ਅਪਸੈਟ ਆ ਵੀਰ ਮੰਦ ਬੁੱਧੀ ਆ ਪਰ ਇਹ ਹੋਇਆ ਕੁਛ ਸਮੇਂ ਤੋਂ ਹੀ ਆ ਕੋਈ ਜ਼ਿਆਦਾ ਲੰਬੇ ਸਮੇਂ ਤੋਂ ਮੈਂਟਲ ਨਹੀਂ ਹੈਗਾ ਇਹ ਪਰ ਇਹ ਪੜ੍ਹਿਆ ਲਿਖਿਆ ਨੌਜਵਾਨ ਆ ਪਤਾ ਨਹੀਂ ਕਿੱਦਾਂ ਇਹ ਪਟਿਆਲੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਫਰੀਦਪੁਰ 'ਚ ਪਹੁੰਚ ਗਿਆ ਅਤੇ ਉੱਥੇ ਵੀ ਭੱਲੇ ਪੁਰਸ਼ ਜਿਹੜੇ ਲੋਕ ਜਿਨ੍ਹਾਂ ਨੇ ਇਹਦੀ ਮਦਦ ਕੀਤੀ ਇੱਥੇ ਤੀਕਰ ਲੈ ਕੇ ਆਉਂਦਾ ਹੁਣ ਡਿਊਟੀ ਤੁਹਾਡੀ ਬਣਦੀ ਆ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਆ ਸਾਡੀ ਹੱਥ ਜੋੜ ਕੇ ਅੱਛੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜੇ ਕੋਈ ਪਹਿਚਾਣਦਾ ਇਸ ਵੀਰ ਨੂੰ ਸਾਡੇ ਨਾਲ ਸੰਪਰਕ ਕਰ ਲਓ
ਸਾਡੇ ਆ ਨੰਬਰ ਲਿਖੇ ਹੋਏ ਨੇ, ਤੁਸੀਂ ਇਹਨਾਂ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰੋ। ਜੇ ਕਿਸੇ ਮਾਂ ਦਾ ਨੌਜਵਾਨ ਪੁੱਤ ਸ਼ਾਇਦ ਉਹ ਮਾਂ ਤੜਫਦੀ ਹੋਵੇ, ਲੱਭਦੀ ਫਿਰਦੀ ਹੋਵੇ, ਉਹਨੂੰ ਮਾਂ ਦੀ ਬੁੱਕਲ 'ਚ ਜਾਵੇ, ਜੇ ਆਪਾਂ ਸਾਰੇ ਕੋਸ਼ਿਸ਼ ਕਰੀਏ ਤਾਂ ਆਪਣਾ ਇੱਕ ਛੋਟਾ ਜਿਹਾ ਉਪਰਾਲਾ ਸ਼ੇਅਰ ਕਰਕੇ ਵੀਡੀਓ ਨੂੰ ਤੁਸੀਂ ਜਾਂ ਗਰੁੱਪਾਂ 'ਚ ਪਾ ਦਿਓ, ਅੱਗੇ ਵੱਧ ਤੋਂ ਵੱਧ ਲੋਕਾਂ ਤੱਕਰ ਪਹੁੰਚਾ ਦਿਓ, ਇਹਦੀਆਂ ਫੋਟੋਆਂ ਦਾ ਸਕਰੀਨਸ਼ੋਟ ਮਾਰ ਕੇ ਲੋਕਾਂ ਤੱਕਰ ਪਹੁੰਚਾ ਦਿਓ। ਅਤੇ ਇਹ ਹਰਸਿਮਰਨ ਨਾਮ ਦੱਸਦਾ ਵੀਰ ਆਪਣਾ, ਆਪਣੇ ਗੋਤ ਕੀ ਦੱਸਿਆ ਤੂੰ? ਲੱਤਰ 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 ਗੋਤ ਦੱਸਦਾ ਇਹ ਆਪਣਾ ਵੀਰ। ਅਤੇ ਰਾਏ ਬਹਾਦਰ ਸਿੰਘ ਲੱਤਰ ਆਪਣੇ ਪਿਤਾ ਦਾ ਨਾਮ ਦੱਸਦਾ, ਮਾਤਾ ਦਾ ਨਾਮ ਮਨਜੀਤ ਕੌਰ ਲੱਤਰ ਦੱਸਦਾ ਵਾ ਜੀ, ਬ੍ਰਦਰ ਦਾ ਨਾਮ ਦਲਜੀਤ ਦੱਸਦਾ ਵਾ, ਭੈਣ ਦੱਸਦਾ ਇੱਕ ਦਵਿੰਦਰ ਕੌਰ ਆ, ਉਹ ਚੀਮਾ ਵਾ ਗੋਤ ਉਹਦਾ, ਇੱਕ ਭੈਣ ਦਾ ਨਾਂ ਦੱਸਦਾ ਰਵਿੰਦਰ ਕੌਰ, ਉਹਦਾ ਨਾਂ ਉਹਦਾ ਗੋਤ ਬੈਂਸ ਦੱਸਦਾ ਵੀਰ, ਹੈ ਨਾ। ਇੱਕ ਮਾਛੂਵਾੜੇ ਵਿਆਹੀ ਹੋਈ ਆ, ਇੱਕ ਕਿਹੜੇ ਮਾਜਰੇ ਵਿਆਹੀ ਆ, ਜੱਬੋ ਮਾਜਰੇ ਵਿਆਹੀ ਆ, ਬ੍ਰਾਹਮਣ ਮਾਜਰਾ ਆਪਦਾ ਪਿੰਡ ਦੱਸਦਾ ਬਾਈ ਇਹ। ਅਤੇ ਪਰ ਸਾਡੇ ਕੋਲ ਹਜੇ ਤੱਕ ਕੋਈ ਇਹਦਾ ਸੰਪਰਕ ਨੰਬਰ ਨਹੀਂ ਆਇਆ, ਬਾਈ ਹੁਣੀ 3-4 ਦਿਨਾਂ ਤੋਂ ਟਰਾਈ ਕਰ ਰਹੇ ਸੀ, ਸਰਪੰਚ ਸਾਹਿਬ ਵੀ ਜਿਹੜੇ ਪਿੰਡ ਦੇ ਨੇ, ਜਿਹੜੇ ਪਿੰਡ 'ਚ ਫਰੀਦਪੁਰ 'ਚ ਪਿਆ ਸੀ ਬਾਈ, ਅਤੇ ਇਹਨਾਂ ਦੇ ਕੋਈ ਵੀ ਇਹਨਾਂ ਨੇ ਸਫਲਤਾ ਹੱਥ ਨਹੀਂ ਲੱਗੀ, ਇਹਦਾ ਘਰ ਬਾਰ ਦਾ ਕੁਛ ਵੀ ਪਤਾ ਨਹੀਂ ਲੱਗਿਆ। ਪਰ ਜੇ ਆਪਾਂ ਹੁਣ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ, ਸੋਸ਼ਲ ਮੀਡੀਆ ਇੱਕ ਬੜਾ ਵੱਡਾ ਪਲੇਟਫਾਰਮ ਆ ਜਿਹਦੇ ਰਾਹੀਂ ਹੁਣ ਤੱਕ ਅਸੀਂ 500 ਤੋਂ ਵੱਧ ਪਰਿਵਾਰ ਦੇ ਮੈਂਬਰ ਅਸੀਂ ਆਪਣਿਆਂ ਦੇ ਘਰਾਂ 'ਚ ਪਹੁੰਚਾ ਚੁੱਕੇ ਹਾਂ, ਕੋਈ ਤਾਮਿਲਨਾਡੂ, ਕੋਈ ਤ੍ਰਿਵੇਂਦਰਮ ਦੇ ਵਿੱਚ, ਕੋਈ ਕਰਨਾਟਕਾ ਦੇ ਵਿੱਚ, ਐਡੀ ਦੂਰ ਦੂਰ 4,000 ਕਿਲੋਮੀਟਰ ਦੂਰ ਦੇ ਫਾਸਲੇ ਨੂੰ ਸੋਸ਼ਲ ਮੀਡੀਆ ਮਿੰਟਾਂ ਸਕਿੰਟਾਂ ਦੇ ਵਿੱਚ ਦੂਰ ਕਰ ਦਿੰਦਾ। ਪਰ ਜੇ ਆਪਾਂ ਸਾਰੇ ਇਹਦੀ ਵਰਤੋਂ ਸਹੀ ਤਰੀਕੇ ਨਾਲ ਕਰੀਏ, ਅਤੇ ਤੁਸੀਂ ਵੀ ਹਰਸਿਮਰਨ ਦਾ ਘਰ ਲੱਭਣ ਦੇ ਲਈ ਸਾਡੀ ਬੇਨਤੀ ਆ, ਹੱਥ ਜੋੜ ਕੇ ਇਸ ਵੀਡੀਓ ਨੂੰ ਜਿਹੜੀ ਚੱਲ ਰਹੀ ਆ ਇਸ ਟਾਈਮ, ਇਹਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਪਾਂ ਹਰਸਿਮਰਨ ਦੇ ਪਰਿਵਾਰ ਤੱਕ ਪਹੁੰਚ ਸਕੀਏ। ਇਹ ਬੱਚਾ ਕਿਹੜੇ ਹਾਲਾਤਾਂ ਦੇ ਵਿੱਚ ਘਰੋਂ ਨਿਕਲ ਕੇ ਆਇਆ, ਕਿਹੜੇ ਹਾਲਾਤਾਂ ਦੇ ਵਿੱਚ ਇਹ ਬੱਚੇ ਦੇ ਆਹ ਹਾਲਾਤ ਹੋਏ ਨੇ, ਕੀ ਕਾਰਨ ਇਹਦੇ ਪਿੱਛੇ, ਇਹ ਸਾਰਾ ਕੁਛ ਪਤਾ ਲੱਗ ਸਕੇ। ਅਤੇ ਸਾਡੀ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ, ਅਤੇ ਧੰਨਵਾਦ ਕਰਦੇ ਹਾਂ ਨਾ ਬਾਈ ਉਹਨਾਂ ਦਾ, ਜਿਨ੍ਹਾਂ ਨੇ ਬਾਈ ਉਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ, ਇਹਨਾਂ ਨੂੰ ਇੱਥੇ ਪਟਿਆਲੇ ਤੋਂ ਇੱਥੇ ਸਾਡੇ ਕੋਲ ਲੈ ਕੇ ਆਏ, ਸਾਨੂੰ ਵੀਡੀਓ ਬਣਾ ਕੇ ਭੇਜੀ। ਅਤੇ ਕੱਲ੍ਹ ਦੀ ਸਾਡੀ ਇਹਨਾਂ ਨਾਲ ਗੱਲ ਚੱਲਦੀ ਸੀ, ਕੱਲ੍ਹ ਅਸੀਂ ਇਹਨਾਂ ਨੂੰ ਕਿਹਾ ਸੀ ਤੁਸੀਂ ਆ ਜਾਓ, ਅੱਜ ਸਵੇਰੇ ਸਾਰੇ ਟਾਈਮ 'ਤੇ ਆਏ ਹੋਏ ਆ, ਅਸੀਂ ਵੀ ਥੋੜ੍ਹਾ ਬਿਜ਼ੀ ਸੀਗੇ। ਤਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਾਈਆਂ ਨੂੰ, ਜਿਨ੍ਹਾਂ ਨੇ ਕਬੀਰ ਦੀ ਬਾਂਹ ਫੜੀ, ਅਤੇ ਨਹੀਂ ਤਾਂ ਇੱਦਾਂ ਦੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਗੁੱਜਰਾਂ ਵਗੈਰਾ ਦੇ ਬਾੜਿਆਂ ਦੇ ਵਿੱਚੋਂ ਛੜਾਈ ਦਾ ਉਹ ਫੜ ਕੇ ਲੈ ਜਾਂਦੇ ਨੇ, ਸਾਰੀ ਸਾਰੀ ਉਮਰ ਇਹਨਾਂ ਤੋਂ ਗੋਹਾ ਚੁਕਾਉਂਦੇ ਨੇ, ਕੁੱਟਦੇ ਨੇ, ਮਾਰਦੇ ਨੇ, ਅੰਦਰ ਬੰਨ ਲੈਂਦੇ ਨੇ, ਅਤੇ ਇਹ ਵੀਰ ਦੇ ਕਰਮ ਚੰਗੇ ਸੀ ਜਿਹੜਾ ਇਹ ਬਚ ਗਿਆ। ਅਤੇ ਬਾਈ ਦੱਸਦਾ ਵੀ ਤੂੜੀ ਵਾਲੇ ਕੁੱਪ 'ਚ ਆ ਕੇ ਲੁੱਕ ਕੇ ਬਹਿ ਗਿਆ, ਡਰ ਕੇ ਜਿਵੇਂ ਕੋਈ ਡਰਿਆ ਹੋਵੇ ਕਿਸੇ ਤੋਂ, ਅਤੇ ਤੂੜੀ ਦੇ ਵਿੱਚ ਬੜਿਆ ਪਿਆ ਸੀ। ਅਤੇ ਇਹ ਤਾਂ ਨੌਜਵਾਨ ਵੀਰ ਆ ਜਿਹੜੇ ਉੱਥੇ ਵਾਲੀਬਾਲ ਖੇਡਦੇ ਸੀ, ਇਹਨਾਂ ਨੇ ਦੇਖਿਆ ਜਦੋਂ ਧਿਆਨ ਮਾਰਿਆ, ਇਹਨਾਂ ਨੇ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ, ਅਤੇ ਇਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੀਰ ਦੀ ਮਦਦ ਕੀਤੀ ਹੈ। ਹੁਣ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੋ ਇਸ ਗੱਲ ਦੀ, ਵੀ ਇਹਦੇ ਵੀਰ ਦੀ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਜੋ ਆਪਾਂ ਇਹ ਵੀਰ ਦਾ ਸਹੀ ਨਾਮ ਪਤਾ ਅਤੇ ਐਡਰੈਸ ਪਤਾ ਕਰ ਸਕੀਏ। ਹੀ ਇਜ਼ ਔਨ ਰਾਈਟ ਪਲੇਸ ਨਾਓ। ਜੀ ਗੱਲ ਕਰਦਾ ਜੀ, ਤੁਸੀਂ ਮਣੀ ਕਰਿਓ ਗੱਲ, ਅੰਗਰੇਜ਼ੀ ਸਾਡੇ ਆਪੇ ਥੋੜ੍ਹੀ ਵੀਕ ਆ। ਹਾਊ ਯੂ? ਕਰ ਰਹੇ ਗੱਲ ਕਰ ਅੰਗਰੇਜ਼ੀ ਯਾਰ? ਯੂ ਹੈਵ ਐਨ ਈਮੇਲ ਆਈਡੀ? ਨੋ। ਯੂ ਰਿਮੈਂਬਰ ਯੂਰ ਈਮੇਲ ਆਈਡੀ? ਡਿਡ ਯੂ ਰਿਮੈਂਬਰ? ਸੌਰੀ, ਆਈ ਐਮ ਮੈਂਟਲੀ ਰਿਟਾਰਡਡ ਕਹਿੰਦਾ। ਓਕੇ, ਐਂਡ ਐਨੀ ਫੋਨ ਨੰਬਰ, ਐਨੀ ਮੋਬਾਈਲ ਨੰਬਰ, ਐਨੀ ਸਕੂਲ ਨੇਮ, ਯੂਨੀਵਰਸਿਟੀ ਨੇਮ, ਯੂ ਨੋ ਸਮਥਿੰਗ? ਸੌਰੀ, ਨਿਊ ਮੈਂਟਲੀ ਅਪਸੈਟ, ਅਜੇ ਟਾਈਮ ਲੱਗੂ ਦੱਸ ਦੇਖੋ। ਤੁਸੀਂ ਲਿਖ ਕੇ ਅੰਗਰੇਜ਼ੀ ਲਿਖੀ ਆ, ਪੜ੍ਹਦਾ ਬਾਈ ਸਾਡਾ, ਕਰਦੇ ਕਰਾਂ ਕੰਮ, ਸਾਰਾ ਐਡਰੈਸ ਲਿਖ ਦਿਆ ਸਿਮਰਨ। ਸੈਂਡੀ ਨਾਮ ਆ ਤੇਰਾ? ਹੈ ਨਿਕਨੇਮ? ਐਨੀ ਮੇਲ ਆਈਡੀ? ਉਹਦੇ ਵਿੱਚ ਉਹਦੇ ਚੋਂ ਨਿਕਲੇ ਆਉਂਦੇ ਨੇ। ਈਮੇਲ ਆਈਡੀ ਦੇਖਦੇ ਹੈਗੀ ਆ ਚਿੱਤੇ? ਈਮੇਲ ਆਈਡੀ ਇਹਨੂੰ ਕਿੱਤੇ, ਮਤਲਬ ਫੇਸਬੁੱਕ ਆਈਡੀ ਹੈਗੀ ਤੇਰੀ? ਹੈਗੀ ਆ। ਫੇਸਬੁੱਕ ਤੇ ਕੀ ਨਾਮ ਆ ਤੇਰਾ? ਫੇਸਬੁੱਕ ਆਈਡੀ ਕੀ ਹੈ ਤੇਰੀ? ਤਾਂ ਸੰਡੇ ਮੰਡੇ ਲਿਖਣ ਲੱਗ ਗਿਆ, ਮੈਂ ਸੈਂਡੀ ਲਿਖ ਰਿਹਾ ਕਿਤੇ ਨਾ। ਅੰਗਰੇਜ਼ੀ ਦੱਸਦਾ ਕਹਿੰਦਾ ਮੈਨੂੰ ਆਉਂਦੀ ਆ ਅੰਗਰੇਜ਼ੀ, ਤਾਂ ਬੁੱਧਵਾਰ ਨੂੰ ਵੀ ਪਤਾ ਅੰਗਰੇਜ਼ੀ 'ਚ ਕੀ ਕਹਿੰਦੇ ਆ। ਹੁਣ ਮੈਨੂੰ ਇੱਕ ਵੀਰ ਬਣ ਕੇ ਦੱਸ ਤੇਰਾ ਫੇਸਬੁੱਕ ਆਈਡੀ ਤੇ ਕੀ ਨਾਮ ਆ ਤੇ ਨਾਲੇ ਆਪਾਂ ਫੇਸਬੁੱਕ ਖੋਲੀਏ। ਹਰਸਿਮਰਨ ਮੈਂ ਲੱਭ ਫਿਰ ਯਾਰ ਤੇਰੀ ਆਈਡੀ ਖੋਲੀਏ ਫੇਸਬੁੱਕ ਤੇ। ਹਰਸਿਮਰਨ ਨਾਲੇ ਕਰ ਸਰਚ, ਇੱਥੇ ਕੱਢ ਦਾ, ਕੋਸ਼ਿਸ਼ ਕਰਦੇ ਜਾਣਾ ਆ ਜਾਂਦਾ।
ਹਰ ਸਿਮਰ ਗਲਤ ਲੱਗਦਾ ਨਾ ਹਰ ਸਿਮਰਨ ਸਿੰਘ ਐਚ ਏ ਆਰ ਹਰ ਹਰ ਸਿਮ ਹਰੀਹਰ ਨਹੀਂ ਹੈਗਾ ਜੀ ਹਾਂ ਤੂੰ ਤਾਂ ਹਰੀਹਰ ਲਿਖਤਾ ਤਾਂ ਦਰਖਤਾਂ ਦੇ ਹੁੰਦੇ ਆ ਐਚ ਏ ਆਰ ਹਰ ਹਰ ਸਿਮਰਨ ਹਾਂ ਜੀ ਹਾਂ ਐਸ ਸਿਮ ਸਿਮ ਐਸ ਆਈ ਸਿਮ ਐਮ ਆਰ ਏ ਐਨ ਆਰ ਏ ਐਨ ਹਰ ਸਿਮਰਨ ਸਿੰਘ ਸਿੰਘ ਹਾਂ ਜੀ ਹਾਂ ਸਿੰਘ ਅੱਛਾ ਜੀ ਹਾਂ ਜੀ ਹਾਂ ਹਰਸਿਮਰਨ ਸਿੰਘ ਲਤਰਾ ਹੈ ਹੀ ਨੀ ਗਾ ਫੇਸਬੁੱਕ ਤੇ ਤੂੰ ਕੀ ਨਾਮ ਲਿਖਿਆ ਹੋਇਆ ਨਹੀਂ ਲਤਰਾ ਲਿਖਿਆ ਹੋਇਆ ਉੱਥੇ ਕੱਲਾ ਹਰਸਿਮਰਨ ਤਾਂ ਨੀ ਕਿਤੇ ਦੱਸ ਦੇ ਯਾਰ ਐਨਾ ਕਰ ਬਾਈ ਹਰਸਿਮਰਨ ਆਪਣੇ ਪੰਜਾਬ ਦਾ ਹੀ ਮੁੰਡਾ ਨੌਜਵਾਨ ਨਾ ਪੰਜਾਬੀ ਇਸ ਹਿਸਾਬ ਨਾਲ ਬੋਲਦਾ ਮਾਲਵੇ ਖੇਤਰ ਦਾ ਹੀ ਆ ਇਥੋਂ ਹੀ ਅੰਦਾਜ਼ਾ ਲੱਗਦਾ ਵੀ ਸਾਡਾ ਇਹ ਵੀਰ ਵਿਚਾਰਾ ਪਤਾ ਨੀ ਕਿੰਨੇ ਟਾਈਮ ਤੋਂ ਇਸ਼ਨਾਨ ਨੀ ਕੀਤਾ ਖਾਜ ਹੀ ਕਰੀ ਜਾਂਦਾ ਖਾਜ ਹੀ ਕਰੀ ਜਾਂਦਾ ਪਿੰਡਾਂ ਹੀ ਵੱਢੀ ਜਾਂਦਾ ਜਿੰਦਗੀ ਵਾਰ ਵਾਰ ਮਿਲਦੀ ਹੈ ਕਿਤੇ ਹੈ ਨਸਾਂ ਕੱਟਣ ਦੀ ਕੋਸ਼ਿਸ਼ ਕੀਤੀ ਹੋਈ ਆ ਤੂੰ ਤਾਂ ਯਾਰ ਟੈਟੂ ਟੂਟੂ ਨੀ ਬਣਾਇਆ ਕੋਈ ਮੁੰਡਾ ਤਾਂ ਸਿਆਣਾ ਸੀ ਯਾਰ ਤੂੰ ਵਧੀਆ ਜਿੰਦਗੀ ਦੇ ਵਿੱਚ ਵੀ ਜਿਹੜਾ ਇਸ ਹਾਲਾਤਾਂ 'ਚ ਪਹੁੰਚ ਗਿਆ ਤੇ ਹਾਲਾਤ ਆਪਾਂ ਇਹ ਜਿਹੜੇ ਦੇਖ ਰਹੇ ਹਾਂ ਤੇ ਇਹ ਕਿੱਦਾਂ ਹੋਇਆ ਇਹ ਆਪਾਂ ਲੱਭਣਾ ਵਾ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਲ ਕੀਤੀ ਸੀ ਜਿਹੜਾ ਇੱਕ ਨੰਬਰ ਇਹਦੇ ਮੈਮਰੀ